ਜਿਹੜੀ ਵੀ ਗੱਡੀ ਲੈਣੀ ਹੈ ਇੱਕ ਸ਼ਰਤ ਆ ਮੇਰੀ, ਕਰੋੜ ਰੁਪਏ ਲਈ ਲੈਣੀ ਹੈ ਲੇਕਿਨ ਦੇਣਾ ਰੁਪਿਆ 100-100 ਮਹੀਨਾ ਕਰਕੇ ਆ। ਫ੍ਰੀ ਆ ਗੱਡੀਆਂ? ਫ੍ਰੀ ਆ ਜੀ, ਫ੍ਰੀ ਫ੍ਰੀ, ਕੋਈ ਪੈਸਾ ਨਹੀਂ। ਫਿਰ ਚਿੰਗ ਜੀ ਕਢਾ ਲਵਾਂ, ਕੰਮ ਵੀ ਆਜੂਗਾ ਜਰਾ। ਆਪਣੀ ਆਪਣੀ ਗੱਡੀ ਦੇਖ ਲਓ, ਇੱਥੇ ਮੇਰੇ ਨਾਲ 20-30 ਗੱਡੀਆਂ ਖੜੀਆਂ ਨੇ ਹਰ ਕਿਸਮ ਦੀ। ਲਿੰਬਰ ਕਿੰਨੀ? ਲਿੰਬਰ ਕਿੰਨੀ ਹੈਗੀ ਆ? ਲਿੰਬਰ ਕਿੰਨੀ? ਕਿਹੜੀ ਲਿੰਬਰ ਕਿੰਨੀ? ਤੈਨੂੰ ਗੱਲ ਜਿੰਨੀ ਕਹਉਂਦੀ ਓਨੀ ਕ ਕਰਾਂ। ਲਿੰਬਰ ਕਿੰਨੀ तेनू लोड ही नहीं। मेरे भरा की भी गड्डी मिलूगी मैनू, अबू दी अम्मी दी। नहीं ते गड्डियां दागी ना होण, जे दागी होईयां ते फिर ਸਾਜੀ ਉਹ ਗੱਡੀ ਹੈਗੀ, ਗੱਡੀ ਤੂੰ ਮਗਾ ਲੈ, ਤੇਲ ਮੈਂ ਪਾਉਣੀ ਆ ਜੀ। ਉਹ ਵੀ ਹੈਗੀ, ਬਸ ਸਾਰੀਆਂ ਹੈਗੀਆਂ। ਜੇ ਸਾਜੀ ਜਿਹੜੀ ਉਹ ਕਹਿੰਦਾ ਗੱਡੀ ਤੇ ਗੱਡੀ ਵੱਜੀ, ਉਹ ਕਿੱਥੇ ਆ? ਉਹ ਤੁਸੀਂ ਪਹਿਲੇ ਲੈਣੀਆਂ ਨੇ, ਫਿਰ ਤੁਸੀਂ ਸਾਰਿਆਂ ਨੇ ਲੈ ਕੇ ਇੱਕ ਰੋਡ ਤੇ ਨਿਕਲਣਾ, ਉੱਥੇ ਫਿਰ ਇਹ ਗਾਣਾ ਸਾਬਤ ਹੋਏਗਾ ਵੀ ਗੱਡੀ 'ਚ ਗੱਡੀ ਵੱਜੀ। ਤਾਜੀ ਗੱਡੀਆਂ ਦੇ ਦਿੰਦੇ ਆ, ਉੱਥੇ ਡਰਾਈਵਰ ਵੀ ਇੱਕ ਇੱਕ ਦੇ ਦੇ ਸਾਰਿਆਂ ਨੂੰ। ਉਹ ਡਰਾਈਵਰ ਗੱਡੀ ਤੇ ਲੈ ਲੈ ਪਹਿਲੇ। ਚਲਾਉਣੀ ਆਉਂਦੀ ਤੈਨੂੰ? ਮੈਂ ਤਾਂ ਹੀ ਤੇ ਮੈਂ ਕਹਿ ਰਿਹਾ, ਜਦੋਂ ਜਿਨ੍ਹਾਂ ਦੇ ਘਰ ਦਾਣੇ ਹਾਂਜੀ ਉਹਨਾਂ ਦੇ ਕਮਲੇ ਵੀ ਡਰਾਈਵਰ। मेरी एक गल जिहड़ी ना गौर नाल सुननी आ जी। ਜਿਹੜੀ ਗੱਡੀ ਲੈਣੀ ਆ ਕੋਈ ਰੌਲਾ ਨਹੀਂ, ਜਿਹੜੀ ਮਰਜ਼ੀ ਗੱਡੀ ਲੈ ਲਓ, ਕਰੋੜ ਰੁਪਏ ਵਾਲੀ ਲੈ ਲਓ, 1.5 ਕਰੋੜ ਵਾਲੀ ਲੈ ਲਓ, 2 ਕਰੋੜ ਵਾਲੀ ਲੈ ਲਓ, ਹਾਂਜੀ ਠੀਕ ਆ। ਲੇਕਿਨ ਬਦਤਮੀਜ਼ੀ ਨਹੀਂ ਕਰਨੀ ਇੱਥੇ, ਇਹ ਨਾ ਪਤਾ ਲੱਗੇ ਕਿ ਬਈ ਅਸੀਂ ਚਵਲ ਹਾਂ। ਇਹ ਤੇ ਲੱਗ ਹੀ ਜਾਣਾ, ਇਹਨੂੰ ਅਸੀਂ ਰੋਕ ਹੀ ਨਹੀਂ ਸਕਦੇ। ਇਹਨੇ ਇਹ ਨਾ ਲੱਗੇ ਕਿ ਜਿਹੜੀ ਵੀ ਗੱਡੀ ਲੈਣੀ ਆ ਇੱਕ ਸ਼ਰਤ ਆ ਮੇਰੀ, ਕਰੋੜ ਰੁਪਏ ਲੈਣੀ ਆ ਲੇਕਿਨ ਦੇਣਾ ਰੁਪਿਆ 100-100 ਮਹੀਨਾ ਕਰਕੇ ਆ। ਫ੍ਰੀ ਆ ਗੱਡੀਆਂ? ਫ੍ਰੀ ਆ ਜੀ, ਫ੍ਰੀ ਫ੍ਰੀ, ਕੋਈ ਪੈਸਾ ਨਹੀਂ। ਫਿਰ ਚਿੰਗ ਜੀ ਕਢਾ ਲਵਾਂ, ਕੰਮ ਵੀ ਆਜੂਗਾ ਜਰਾ। ਆਪਣੀ ਆਪਣੀ ਗੱਡੀ ਦੇਖ ਲਓ, ਇੱਥੇ ਮੇਰੇ ਨਾਲ 20-30 ਗੱਡੀਆਂ ਖੜੀਆਂ ਨੇ, ਸਾਰੀਆਂ ਗੱਡੀਆਂ ਮਰਸਡੀਜ਼, BMW, ਸਾਰੀਆਂ ਗੱਡੀਆਂ ਖੜੀਆਂ ਨੇ, ਜੀਪਾਂ ਹਰ ਕਿਸਮ ਦੀ। ਲਿੰਬਰ ਕਿੰਨੀ ਹੈਗੀ ਆ? ਲਿੰਬਰ ਕਿੰਨੀ? ਕਿਹੜੀ ਲਿੰਬਰ ਕਿੰਨੀ? ਤੈਨੂੰ ਗੱਲ ਜਿੰਨੀ ਕਹਉਂਦੀ ਓਨੀ ਕ ਕਰਾਂ। ਲਿੰਬਰ ਕਿੰਨੀ ਭਾਜੀ? ਇਹ ਬਾਅਦ ਚੋਂ ਫਿਰ ਟਰੇਸੀ ਤੇ ਨਹੀਂ ਨਾ ਜਾਊ? ਨਹੀਂ, ਤੁਹਾਡੇ ਨਾਂ ਗੱਡੀਆਂ ਕਰਾ ਦੇਣੀਆਂ ਨੇ, ਕਾਪੀ ਤੁਹਾਡੇ ਨਾਂ ਹੋ ਜਾਣੀ ਆ, ਰਜਿਸਟ੍ਰੇਸ਼ਨ ਤੁਹਾਡੇ ਨਾਂ ਹੋ ਜਾਣੀ ਆ, ਠੀਕ ਆ ਜੀ, ਸਭ ਓਕੇ ਹੋ ਜਾਣਾ। ਨਹੀਂ ਠੀਕ ਆ ਜੀ, ਅਸਲਾਮ ਵਾਲੇਕੁਮ ਨਾਦਰੀਨ, ਜਾਨੀ ਕੀ ਚਾਹ ਮੈਂ ਖੁਸ਼ ਆਮਦੀਦ। ਬੱਚਿਆਂ ਨੂੰ ਗੱਡੀਆਂ ਲੈ ਕੇ ਦੇ ਰਿਹਾ, ਨਾਲੇ ਤੁਹਾਨੂੰ ਗੱਡੀਆਂ ਦਿਖਾਉਣਾ ਬੜੀਆਂ ਅੱਛੀਆਂ ਸ਼ੋਰੂਮ ਦੇ ਉੱਪਰ, ਔਰ ਨਾਲੇ ਜਿਹੜੇ ਇੱਥੇ ਦੇ ਸ਼ੋਰੂਮ ਨੇ, ਮੈਂ ਅਸਲ ਦੇ ਵਿੱਚ ਆਇਆ ਇਸ ਤੋਂ ਹਾਂ ਵੀ ਮਰ ਗਏ ਲੁੱਟੇ ਗਏ, ਮਰ ਗਏ ਲੁੱਟੇ ਗਏ, ਖਾਣ ਨੂੰ ਕੁਛ ਨਹੀਂ, ਪੀਣ ਨੂੰ ਕੁਛ ਨਹੀਂ, ਬੱਚੇ ਭੁੱਖੇ ਮਰ ਗਏ, ਫੀਸਾਂ ਹੈ ਨਹੀਂ, ਬਿੱਲ ਹੈ ਨਹੀਂ, ਇੱਥੇ 1.25 ਕਰੋੜ ਦੀ ਗੱਡੀ ਦੀ ਇੰਝ ਡੀਲ ਹੋ ਰਹੀ ਆ ਕਿ ਜਿਵੇਂ ਮਤਲਬ ਤੁਸੀਂ ਨਾ ਤੁਰੇ ਜਾਂਦੇ ਐਵੇਂ 100 ਰੁਪਏ ਦੀ ਮੂੰਗਫਲੀ ਲੈ ਲੈਂਦੇ ਹੋ, ਇਸ ਟਾਈਪ ਦਾ ਨਿਜ਼ਾਮ ਹੋ ਰਿਹਾ। ਅਤੇ ਲੇਕਿਨ ਭਾਅ ਜੀ ਹੁਣੀ ਅੱਛੇ ਨੇ ਸਾਰੇ ਜਿਹੜੇ ਇੱਥੇ, ਉਹਨਾਂ ਨੇ ਕਿਹਾ ਭਾਅ ਜੀ 1, 2, 3, 4, 5, 6 ਗੱਡੀਆਂ, ਅੱਧੀ ਦਰਜਨ ਗੱਡੀਆਂ ਦੀ ਤੁਹਾਡੇ ਲਈ, ਜਿੱਦਾਂ ਮਰਜ਼ੀ ਪੈਸੇ ਦੇ ਦੇਣਾ। ਮੈਂ ਕਿਹਾ ਜੀ ਮੈਂ ਕਿਸਤਾਂ ਦੇ, ਉਹਨਾਂ ਨੇ ਕਿਹਾ ਜੀ ਓਕੇ, ਠੀਕ ਆ ਭਾਅ, ਆਪਣੀ ਆਪਣੀ ਪਸੰਦ ਦੀ ਗੱਡੀ ਪਸੰਦ ਕਰ ਲਓ, ਮੈਂ ਅੰਦਰ ਭਾਅ ਜੀ ਨਾਲ ਗੱਲ ਕਰਦਾ, ਤੁਸੀਂ ਉਨੀ ਦੇਰ ਬਾਅਦ ਗੱਡੀ ਪਸੰਦ ਕਰ ਲੈਣੀ। ਫਿਰ ਜੀ ਮੈਂ ਪਸੰਦ ਕਰ ਲਈ ਆ ਗੱਡੀ, ਨਾਲ ਮੈਨੂੰ ਨਾ ਗੱਡੀ ਦੇ ਨਾਲ ਜੈੱਕ ਵੀ ਦੇਣਾ ਵਾ। ਇਹ ਜੈੱਕ ਹੀ ਲੱਗ ਰਿਹਾ ਤੇਰਾ, ਇਸ ਕਿਸਮ ਦਾ ਤੇਰਾ ਜੈੱਕ ਲੱਗ ਰਿਹਾ, ਤੈਨੂੰ ਤੈਨੂੰ ਲੋੜ ਹੀ ਨਹੀਂ। ਸਤਾਜੀ ਮੇਰੇ ਭਰਾ ਦੀ ਵੀ ਗੱਡੀ ਮਿਲੂਗੀ ਮੈਨੂੰ, ਅਬੂ ਦੀ ਅੰਮੀ ਦੀ। ਨਹੀਂ ਤੇ ਗੱਡੀਆਂ ਦਾਗੀ ਨਾ ਹੋਣ, ਜੇ ਦਾਗੀ ਹੋਈਆਂ ਤੇ ਫਿਰ। ਇਹ ਸਤਾਜੀ ਲੋਕ ਛੋਟੀਆਂ ਗੱਲਾਂ ਕਰਨ ਵਾਲੇ ਨੇ, ਮੈਂ ਸਾਰੀ ਸਕੀਮ ਸਮਝ ਗਿਆ ਕਿ ਇਹ ਵੱਡਾ ਸ਼ੋਰੂਮ ਆ, ਇੱਥੇ ਸਾਡੀ ਪਸੰਦ ਦੀਆਂ ਗੱਡੀਆਂ ਮਿਲਣਗੀਆਂ, ਆਪਣੀ ਆਪਣੀ ਪਸੰਦ ਕਰਦੇ ਗੱਡੀਆਂ ਸਤਾਜੀ ਵੱਲੋਂ ਸਾਨੂੰ ਗਿਫਟ ਮਿਲਣ ਲੱਗੀਆਂ। ਹਾਂਜੀ ਗੱਲ ਇਹ ਸਮਝਿਆ ਗੱਲ, ਜਿੱਥੇ ਸਤਾਜੀ ਗੱਡੀਆਂ ਦੇ ਦਿੰਦੇ ਆ ਉੱਥੇ ਡਰਾਈਵਰ ਵੀ ਇੱਕ ਇੱਕ ਦੇ ਦੇ ਸਾਰਿਆਂ ਨੂੰ। ਉਹ ਡਰਾਈਵਰ ਗੱਡੀ ਤੇ ਲੈ ਲੈ ਪਹਿਲੇ। ਚਲਾਉਣੀ ਆਉਂਦੀ ਤੈਨੂੰ? ਮੈਂ ਤਾਂ ਹੀ ਤੇ ਮੈਂ ਕਹਿ ਰਿਹਾ, ਜਦੋਂ ਜਿਨ੍ਹਾਂ ਦੇ ਘਰ ਦਾਣੇ ਹਾਂਜੀ ਉਹਨਾਂ ਦੇ ਕਮਲੇ ਵੀ ਡਰਾਈਵਰ। ਤੈਨੂੰ ਮੈਂ ਗੱਡੀ ਦੇਣੀ ਆ, ਤੂੰ ਲਾੜਾ ਆਪ ਬਣਨਾ ਵਾ, ਜੋ ਮਰਜ਼ੀ ਬਣ, ਜਿੱਦਾਂ ਮਰਜ਼ੀ ਬਣ, ਮੈਨੂੰ ਕੋਈ ਭਾਰ ਨਹੀਂ। ਲਾੜਾ ਪਵਾ ਲਾਂਗੇ,
लाड़ा बिच पवा ली। ठीक है, हां सही है, ठीक है। ओके, और नोनी साहब उस्ताद जी वो गड्डी हैगी, गड्डी तू मंगा ले, तेल मैं पानी जी, वो भी हैगी, सारी हैगी जे। और इस तो बाद चेंज कोई नहीं होनी। अच्छा, इस इंज रखना, मेनू आ वटा दियो, मेनू आ वटा दियो, आधे वाली मेनू दे दियो, इधे वाली इंज कोई नहीं होना। ताजी कोई गाइडलाइन ते दो फिर तानू, गाइडलाइन कोई नहीं, गड्डी लवो घर जाओ। ताजी छोटी वड्डी हुंदी है ओदी कोई, हां जी, ओ जिद्दा ओ तुसी पसंद करनी है यार, और अपनी फैमिली दे हिसाब नाल देखो। कागज कागज लेटर थाडे नाम, सारा कुछ थाडे नाम होएगा, ते ओदे पैसे पोहे नहीं सी देने ना। मैं कदो कह रहे हां यार, चलो ठीक आ, मैं अपनी मर्जी दा नंबर लवाना उस्ताद जी, अपनी मर्जी का नंबर लोना। अप्लाइड फॉर नहीं है, हाँ जी, आ कोई 2018 होएगी, कोई 20 होएगी, कोई 21 होएगी। उस्ताद जी जिहड़ी ओह कहिंदा गड्डी ते गड्डी वजी, ओह कित्थे आ? ਉਹ ਤੁਸੀਂ ਪਹਿਲੇ ਲੈਣੀਆਂ ਨੇ, ਫਿਰ ਤੁਸੀਂ ਸਾਰਿਆਂ ਨੇ ਲੈ ਕੇ ਇੱਕ ਰੋਡ ਤੇ ਨਿਕਲਣਾ, ਉੱਥੇ ਫਿਰ ਇਹ ਗਾਣਾ ਸਾਬਤ ਹੋਏਗਾ ਵੀ ਗੱਡੀ 'ਚ ਗੱਡੀ ਵੱਜੀ। ਉਹ ਗੱਡੀ ਹੈਗੀ, ਉਹ ਮੈਂ ਨਿਕਲਾ, ਉਹ ਗੱਡੀ ਲੈ ਕੇ, ਹਾਂ ਉਹ ਇੱਥੋਂ ਨਿਕਲਣਾ ਤੂੰ ਤੇ ਫੜੇ ਜਾਣਾ ਗੱਡੀਆਂ। ਉਸਤਾਦ ਜੀ, ਇਹਨਾਂ ਨੂੰ ਮੈਂ ਪਸੰਦ ਕਰਦਾ, ਸਾਰੀ ਡਿਟੇਲ ਮੇਰੀ ਸਮਝ 'ਚ ਆ ਗਈ ਹੈ, ਗੱਡੀਆਂ ਆਪਣੀਆਂ। ਇਹ ਤੇਰੀ ਡਿਊਟੀ ਆ। ਅੱਛਾ ਜੀ, ਤੇਰੀ ਡਿਊਟੀ ਆ, ਤੂੰ ਇਹਨਾਂ ਨੂੰ ਸਾਰੀ ਗੱਡੀਆਂ ਓਕੇ ਕਰਾ, ਔਰ ਜਦੋਂ ਮੈਂ ਬਾਹਰ ਆਵਾਂ ਨਾ ਭਾਜੀ ਨਾਲ ਗੱਲ ਕਰਕੇ, ਉਹ ਫਿਰ ਇਹ ਨਾ ਹੋਵੇ ਨਹੀਂ ਮੈਂ ਆ ਨਹੀਂ, ਨਹੀਂ ਮੈਂ ਆ ਨਹੀਂ, ਮੈਂ ਆ ਨਹੀਂ, ਫਾਈਨਲ ਕਰਾ ਦੇਣਾ। ਓਕੇ, ਨਹੀਂ ਖੜੇ ਪੈ ਰਿਸ਼ਤੇਦਾਰ ਸੱਦ ਕੇ ਵੀ ਚੈੱਕ ਕਰਾ ਸਕਦੇ ਹਾਂ ਕਿ ਤੁਹਾਨੂੰ ਪਸੰਦ ਆ ਰਿਸ਼ਤੇਦਾਰਾਂ ਨੂੰ। ਪੈਸੇ ਦਿੱਤੇ ਤੂੰ, ਹੈ ਚਲੋ ਫਰੀ ਗੱਡੀ ਲੈਣੀ ਰਿਸ਼ਤੇਦਾਰ, ਸਲਾਹ ਮਸ਼ਵਰਾ ਨਹੀਂ ਕਰਨਾ ਰਿਸ਼ਤੇਦਾਰਾਂ, ਇਹਨੂੰ ਰਹਿਣ ਦੇ। ਉਹ ਨੋਨੀ ਨੇ ਇੱਕ ਵਾਰੀ ਸਨਾਟਾ ਗੱਡੀ ਲਈ ਤੇ ਘਰ ਸਾਰੇ ਘਰੋਂ ਕੱਢਤੇ, ਕਿਉਂ ਸਨਾਟਾ ਪਾ ਦਿਓ ਇੱਕ ਵਾਰੀ ਘਰ ਦਾ। ਕੁਛ ਗੱਲਾਂ ਪੁੱਛਣੀਆਂ ਨੇ, ਹਿਸਾਬ ਕਿਤਾਬ ਲਾਉਣੇ ਉਹਨਾਂ ਨਾਲ। ਠੀਕ ਹੈ ਜੀ, ਤੁਸੀਂ ਉਹਨਾਂ ਨਾਲ ਗੁਫ਼ਤਗੂ ਕਰੋ, ਮੈਂ ਇਹਨਾਂ ਨੂੰ ਗੱਡੀਆਂ ਦਿਖਾਉਂਦਾ। ਚਲੋ ਸ਼ਾਬਾ, ਚਲੋ। ਔਰ ਨਾਗੀ ਸਾਹਿਬ, ਮੇਰੇ ਪਾਸ ਤੋਂ ਪਹਿਲੇ ਹੀ 10-12 ਕਰੋੜ ਕੀ ਖੜੀ ਹੈ, 2-3 ਆਪਕੋ ਪਤਾ ਤੋ ਹੈ। ये जिस पे हम आए हैं, ये पौने तुसी करोड़ करोड़ के कहंदे हो, पहन करोड़ वाली गड्डी, एक करोड़ वाली। ए देखी गल, ए फैसलाबादी ने, बैंक दे मैनेजर ने। ले जी नादरीन, मेरे साथ नागी साहब, और नागी साहब मेनू लेके आए ने इत्थे जनाब, ते साडे नाल सर अली भाई। की नाम है? अली भाई। अली भाई, अली भाई, सब तो पहले तो दसो मेनू। हां जी, तबीयत से ठीक है? अलहमदुलिल्लाह, माशाल्लाह, तुसी ते गड्डियां दे विच ही है। मतलब करोड़ सवा करोड़ की इंज गल हुंदी है, जिवें उत्थों कितें ऐवें ना, मतलब उफली लैंदा बंदा 100 रुपए की। बस बस तुहाडे साथ। अच्छा नहीं, तुसी दसना सही कि मुल्क दे हालात की ने, क्योंकि तुहाडे कोल लोग आउंदे ने, गड्डियां खरीदते ने, हालात ठीक है, करोड़ रुपये वाली गड्डी लैंदे ने, 1.25 करोड़ की लै ली, 5 करोड़ की लै ली, साडे कोल हर किस्म दा नॉर्मल गड्डी जिहड़ी अज कल अच्छी, हां जी, ओह करोड़ 80-90 करोड़ ਲੋਕਾਂ ਕੋਲ ਪੈਸੇ ਹੈ ਨਾ ਤੇ ਲੈਂਦੇ। ਮੈਂ ਕੀ, ਤੁਸੀਂ ਦੱਸੋ, ਤੁਸੀਂ ਲੈ ਲਓ, ਤੁਸੀਂ ਇਸੇ ਢੰਗ ਨਾਲ ਕੀ ਸਭ ਕੰਮ ਖਰਾਬ ਕੀਤਾ ਨਾ ਇੱਥੇ, ਤੁਸੀਂ ਇਹ ਤੁਸੀਂ ਕੀਤਾ ਸਾਰਾ ਕੰਮ ਖਰਾਬ। ਅਸੀਂ ਤੇ ਕਹਿੰਦੇ ਆ ਸਾਡੀ ਗੱਡੀ ਵੇਖ ਜੇ, ਸਾਡੀ ਵੇਖਦੀ ਨਹੀਂ, ਅਸੀਂ ਮੰਗਦੇ ਵੀ ਕੁਛ ਨਹੀਂ। ਹਾਂਜੀ, ਤੁਸੀਂ ਗੱਡੀ ਇਸ ਤੋਂ ਵੇਚਣਦੇ ਹੋ ਕਿ ਤੁਸੀਂ ਉਹ ਚ ਰੁਪਈਆ 50 ਲੱਖ ਪਾ ਕੇ ਹੋਰ ਅੱਛੀ ਲੈਣੀ। ਮੁਸੀਬਤ ਇਹ ਮੁਸੀਬਤ ਆ ਤੁਹਾਡੀ। ਹਾਂਜੀ, ਆਪਣੇ ਆਪ ਨੂੰ ਤੁਸੀਂ ਅਪਗ੍ਰੇਡ ਕਰਨਾ, ਮੁਸੀਬਤ ਕਾਹਦੀ ਭਾਜੀ? ਮੈਂ ਉਹ ਤੇ ਕਹਿ ਰਿਹਾ ਕਿ ਇੱਥੇ ਯਾਰ ਨਾਜ਼ਰੀ ਨਾ ਚੈੱਕ ਕਰੋ ਜ਼ਰਾ ਹਿਸਾਬ ਕਿਤਾਬ, ਸਾਰਿਆਂ ਕੋਲ ਗੱਡੀਆਂ ਨੇ। ਹਾਂਜੀ, ਫਿਰ ਜਿਹੜਾ ਇੱਕ ਤਬਕਾ ਸਾਡਾ ਉਹ ਨਾ, ਜਿਹੜਾ ਜ਼ਰਾ ਲੋ ਲੈਵਲ, ਹਾਂਜੀ, ਮੁਲਾਜ਼ਮੀਨ, ਘਰ ਕਿਰਾਇਆਂ ਦੇ, ਬੱਚੇ ਜ਼ਿਆਦਾ, ਖਰਚੇ ਘੱਟ, ਉਹ ਜਿੰਨੇ ਕੁ ਨੇ ਨਾ, ਅਸੀਂ ਉਹਨਾਂ ਦੇ ਹਿਸਾਬ ਨਾਲ ਮੁਲਕ ਦੇਖੀ ਜਾਈਦਾ ਕਿ ਮੁਲਕ ਇੱਦਾਂ ਹੋ ਗਿਆ। ਜਿਹੜਾ ਦੂਜਾ ਇੰਨਾ ਤਬਕਾ ਵਾ, ਹਾਂਜੀ, ਉਹਦਾ ਕੀ ਕਰਨਾ ਹੁਣ ਹਿਸਾਬ ਕਿਤਾਬ? ਬਸ ਇਸ ਤਰੀਕੇ ਜੀ, ਭਾਈ ਜਾਨ ਨੇ ਤੇ ਐਵੇਂ ਲੋਕਾਂ ਦੀਆਂ ਗੱਲਾਂ ਹੀ ਬਣੀਆਂ ਨੇ। ਸਾਰਿਆਂ ਕੋਲ ਹੈ ਨੇ, ਕੁਛ ਨਾ ਕੁਛ ਹਿੱਸਾ ਬਕਤਰ ਜੁੱਸਾ ਹੈ ਹਰ ਬੰਦੇ ਦੇ ਕੋਲ।
ਠੀਕ ਹੈ ਕਿ ਆਉਂਦੇ ਨੇ ਤਾਂ ਸਾਡੇ ਕੋਲ ਗੱਡੀ ਲੈਣ ਆਉਣਗੇ ਇਹ ਭਾਈ ਜੀ ਐਵਰੇਜ ਕਿੰਨੀ ਕਰਦੀ ਮੇਰੀ ਵੀ 56 ਸਾਲ ਉਮਰ ਹੋ ਗਈ ਹੈ ਉਦੋਂ ਦੀ ਗੱਡੀ ਚਲਾ ਲੈਣਾ ਜਦੋਂ ਪੈਡਲਾਂ ਤੇ ਪੈਰ ਵੀ ਨਹੀਂ ਸੀ ਪਹੁੰਚਦੇ ਮੈਂ ਅੱਜ ਤੱਕ ਕੋਈ ਬੰਦਾ ਐਸਾ ਨਹੀਂ ਜੇ ਵੇਖਿਆ ਜਿਹਨੂੰ ਅੱਲਾ ਨੇ ਗੱਡੀ ਦਿੱਤੀ ਤੇ ਉਹ ਕਹਿੰਦਾ ਮੇਰੀ ਗੱਡੀ ਖਲੋਤੀ ਮੇਰੇ ਕੋਲ ਤੇਲ ਪਾਉਣ ਨੂੰ ਪੈਸੇ ਹੈ ਨਹੀਂ ਗੇ ਜ਼ਾਹਰੀ ਗੱਲ ਆ ਗੱਡੀ ਠੀਕ ਹੈ ਨਾ ਜੀ ਇਹ ਅੱਲਾ ਪਾਕ ਨੇ ਸਾਰਾ ਕੁਛ ਕਰਨਾ ਹੁੰਦਾ ਲਿਹਾਜ਼ਾ ਅੱਲਾ ਦੇ ਕੋਲੋਂ ਹੀ ਸਾਰਾ ਕੁਛ ਮੰਗਣਾ ਚਾਹੀਦਾ ਮਾਲਕ ਕਰਮ ਨਵਾਜ਼ੀ ਫਰਮਾਓ ਤੁਹਾਡੀ ਫਾਈਨਲ ਸਟੇਟਮੈਂਟ ਕੀ ਹੈ ਮੁਲਕ ਦੇ ਬਾਰੇ ਚ ਕਿ ਠੀਕ ਹੈ ਮੁਲਕ ਦੇ ਹਾਲਾਤ ਵੀ ਮੁਲਕ ਠੀਕ ਹੈ ਥੋੜੇ ਨੇ ਡਾਊਨ ਹੋਏ ਨੇ ਲੇਕਿਨ ਇਨਸ਼ਾ ਅੱਲਾ ਤਾਲਾ ਅੱਛੇ ਦੀ ਉਮੀਦ ਹੈ ਅੱਛੇ ਦੀ ਤਵੱਕੋ ਹੈਗੀ ਹੈ ਅੱਲਾ ਖੈਰ ਰੱਖੇਗਾ